ਫਰੀਦਕੋਟ ਡੀਓ ਦੀ ਪਹਿਲ ਕਦਮੀ 4 ਸਾਲਾ ਬੱਚੇ ਨੂੰ ਬਣਾਇਆ ਜੀਲਾ ਸਿੱਖਿਆ ਅਫਸਰ ਬੋਲੇ ਬੱਚਿਆਂ ਦਾ ਫਦੇਗਾ ਹੌਸਲਾ ਸਤਿਸ਼੍ਰੀ ਰਕਾਂਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਦੇ ਅਖੀਰ ਤੱਕ ਜਰੂਰ ਬਨੇ ਰਹੋ ਕਿਉਂਕਿ ਇੱਕ ਵਾਰ ਫਿਰ ਤੋਂ ਲੈ ਕੇ ਆਸਰਾ ਖਾਸ ਜਾਣਕਾਰੀ ਪੰਜਾਬ ਦੇ ਫਰੀਦਕੋਟ ਡੀਓ ਦੇ ਵੱਲੋਂ ਬੱਚਿਆਂ ਦਾ ਮਨੋਬਲ ਬਣ ਤੋਂਣ ਤੇ ਲਈ ਨਿਵੇਕਲੀ ਪਹਿਲ ਕਦਮੀ ਕੀਤੀ ਜਾ ਰਹੀ ਹੈ ਇੱਥੇ 4 ਸਾਲ ਦੇ ਬੱਚੇ ਨੂੰ ਇੱਕ ਦਿਨ ਦੇ ਲਈ ਜੀਲਾ ਸਿੱਖਿਆ ਅਫਸਰ ਬਣਾਇਆ ਗਿਆ ਇਸ ਬੱਚੇ ਦਾ ਜੀਲੇ ਸਿੱਖਿਆ ਅਫਸਰ ਪੱਜੂ ਵਿਭਾਗ ਤੇ ਧਿਕਾਰ ਇਹਨੂੰ ਫਲੂ ਸਵਾਗਤ ਕੀਤਾ ਗਿਆ ਅਤੇ ਕਾਮਕਾਰਸ ਦੇ ਬਾਰੇ ਉਸ ਨੂੰ ਜਾਣੂ ਕਰ ਪਾਇਆ ਗਿਆ। ਇਸੇ ਦੌਰਾਨ ਡੀਓ ਫਰੀਦਕੋਟ ਮੇਵਾ ਸਿੰਘ ਸਿੱਧੂ ਨੇ ਆਪਣੇ ਸਟਾਫ ਮੈਂਬਰ ਫਿਰ ਇੰਦਰਜੋਤ ਸਿੰਘ ਬਰਾੜ ਦੇ 4 ਸਾਲ ਦੇ ਬੱਚੇ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਰੀਦਕੋਟ ਦੀ ਕੁਰਸੀ ਤੇ ਇੱਕ ਦਿਨ ਦੇ ਲਈ ਬਿਠਾਇਆ ਅਤੇ ਬੱਚੇ ਦੀ ਸ਼ੁਕਾਮਨਾਵਾਂ ਦਿੱਤੀਆਂ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਉਹਨਾਂ ਦੀ ਉਤੀਸ਼ਾ ਹੈ ਕਿ ਬੱਚਾ ਚੰਗੀ ਪੜ੍ਹਾਈ ਕਰਕੇ ਭਵਿੱਖ ਦੇ ਵਿੱਚ ਫਟਾ ਅਧਿਕਾਰੀ ਬਣੇ ਅਤੇ ਵੀਰ ਇੰਦਰਜੋਤ ਸਿੰਘ ਬਰਾੜ ਨੂੰ ਦੇਖ ਕੇ ਬੱਚਿਆਂ ਦਾ ਮਨੋਬਲ ਹੋਰ ਫਤੇਗਾ। ਕਹਿਆ ਹੈ ਕਿ ਪੰਜਾਬ ਸਰਕਾਰ ਪਹਿਲਾਂ ਹੀ ਸਰਕਾਰੀ ਸਕੂਲਾਂ ਨੂੰ ਐਮਿਨੈਂਸ ਸਕੂਲ ਬਣਾ ਕੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਉਤਸ਼ਾਹਿਤ ਕਰ ਰਹੀ ਹੈ ਸੋਨਾ ਕਿਹਾ ਹੈ ਕਿ ਫਰੀਦਕੋਟ ਚੀਲੇ ਵਿੱਚ ਤਿੰਨ ਸਕੂਲ ਆਫ ਐਮਿਨੈਂਸ ਬਣਾਏ ਜਾਣਗੇ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਦਾ ਮਕਸਦ ਸਿਰਫ ਪੰਜਾਬ ਦੇ ਸਾਰੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਹੀ ਨਹੀਂ ਆ ਸਗੋ ਜਹੀ ਪਹਿਲ ਕਦਮੀ ਕਰਨਾ ਹੈ ਕਿ ਤਾਂ ਜੋ ਬੱਚਾ ਅਤੇ ਪੰਜਾਬ ਦਾ ਮਾਣ ਹੋਰ ਵਧ ਸਕੇ ਮੇਵਾ ਸਿੰਘ ਸਿੱਧੂ ਨੇ ਵੀ ਕਿਹਾ ਹੈ ਕਿ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਪਣੀ ਸੋ ਉਦੋਂ ਤੋਂ ਹੀ ਸਰਕਾਰ ਦਾ ਮੁੱਖ ਟੀਚਾ ਹੈ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ। ਉਹਨਾਂ ਨੇ ਕਿਹਾ ਹੈ ਕਿ ਇਹਨਾਂ ਬੱਚਿਆਂ ਨੇ ਪੜ੍ਹਦੇ ਹੋ ਕੇ ਵੱਡੇ ਹੁੰਦਿਆਂ ਤੇ ਭਵਜ ਹੁਣਾ। ਸਰਕਾਰ ਸ਼ੁਰੂ ਤੋਂ ਹੀ ਉਹਨਾਂ ਨੂੰ ਇਸ ਦੇ ਲਈ ਤਿਆਰ ਕਰ ਰਹੀ ਹੈ। ਸੋ ਇਸ ਉਪਰਾਲੇ ਤਹਿਤ ਸਰਕਾਰੀ ਸਕੂਲ ਦੇ ਇੱਕ ਬੱਚੇ ਨੂੰ ਇੱਕ ਦਿਨ ਦੇ ਲਈ ਡਿਗਯੋ ਦੀ ਕੁਰਸੀ ਤੇ ਬੈਠਣ ਦਾ ਮੌਕਾ ਦਿੱਤਾ ਗਿਆ। ਸੋ ਇਸ ਤੋਂ ਪਹਿਲਾਂ ਵੀ ਕਈ ਬੱਚਿਆਂ ਨੂੰ ਉੱਚ ਅਧਿਕਾਰੀਆਂ ਤੇ ਫਲੋਂ ਆਪਣੇ ਹੁੰਦਿਆਂ ਤੇ ਬਿਠਾਇਆ ਗਿਆ ਅਤੇ ਇੱਕ ਦਿਨ ਦੇ ਲਈ ਉਹਨਾਂ ਨੂੰ ਅਫਸਰ ਦੇ ਵਜੋਂ ਤਾਇਨਾਤ ਕੀਤਾ ਗਿਆ ਅਤੇ ਉਹਨਾਂ ਦੇ ਬੇਟੇ ਹੌਂਸਲਾ ਅਫਜਾਈ ਪਰਾਂ ਦੇ ਲਈ ਕਿ ਜੇ ਤੁਹਾਨੂੰ ਹਰ ਟਵੀਥ ਕੁਝ ਕਰ ਕੁਜ਼ਰਨ ਦੀ ਹਿੰਮਤ ਹੋਵੇ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਸੋ ਉਹਨਾਂ ਦੇ ਉਥੇ ਬੈਠਣ ਦੀ ਜ਼ਿੰਮੇਵਾਰੀ ਨੂੰ ਸਮਝਾਇਆ ਗਿਆ ਕਿ ਆਖਿਰ ਕਿਸ ਤਰੀਕੇ ਦੇ ਨਾਲ ਕੰਮ ਹੁੰਦਾ ਹੈ ਸਰਕਾਰੀ ਸੋ ਸਾਰਾ ਕੁਝ ਸਮਝਾਇਆ ਗਿਆ ਸੋ ਇਸ ਬੱਚੇ ਨੂੰ ਵੀ 4 ਸਾਲ ਦੇ ਬੱਚੇ ਨੂੰ ਬਿਠਾਇਆ ਗਿਆ ਸੋ ਜਿੱਤੇ ਕਾਫੀ ਜਿਹੜਾ ਹੋਰ ਵੀ ਬੱਚਾਂ ਦਾ ਮਨੋਬਲ ਬਦੇਗਾ ਇਹ ਵੱਡੀਆਂ ਗੱਲਾਂ ਆਖੀਆਂ ਗਈਆਂ ਨੇ ਸਿੱਖਿਆ ਅਫਸਰ ਦੇ ਪੱਲੋਂ ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਤੇ ਰਾਹੀਂ ਦੱਸ ਸਕਦੇ ਹੋ